ਦੋਸਤੋ ਅੱਜ ਇਸ ਵੀਡੀਓ ਰਿਪੋਰਟ ਦੇ ਵਿੱਚ ਮੈਂ ਗੱਲ ਕਰਾਂਗਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਦੋਂ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਨੁਕਸਾਨ ਪਹੁੰਚਾਇਆ ਜਾਂਦਾ ਹੈ ਟੈਟੇਰੀ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਕਾਰ ਸੇਵਾ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮੁਰ ਉਸਾਰੀ ਲਈ ਹੋਈ ਉਸ ਨੂੰ ਲੈ ਕੇ ਕਿਹੜੇ ਵਿਵਾਦ ਰਹੇ ਦੋ ਵਾਰ ਕਾਰ ਸੇਵਾ ਹੋਈ ਸ੍ਰੀ ਅਕਾਲ ਤਖਤ ਸਾਹਿਬ ਨੂੰ 1984 ਤੇ 85 ਜਦੋਂ ਫੌਜ ਦੇ ਹਮਲੇ ਦੇ ਵਿੱਚ ਨੁਕਸਾਨ ਪਹੁੰਚਿਆ ਉਸ ਦੀ ਬਿਲਡਿੰਗ ਨੂੰ ਟੈਟੇਰੀ ਕੀਤਾ ਗਿਆ ਉਸ ਤੋਂ ਬਾਅਦ ਦੁਬਾਰਾ ਸਰਕਾਰ ਜਾਂ ਸਰਕਾਰ ਵੱਲੋਂ ਥਾਪੇ ਗਏ ਨਿਹੰਗ ਸਿੰਘ ਬਾਬਾ ਸੰਤਾ ਸਿੰਘ ਵੱਲੋਂ ਉਸਾਰਿਆ ਗਿਆ ਸੀਗਾ ਇਹ ਜਿਹੜੀ ਕਾਰ ਸੇਵਾ ਸੀ ਇਸ ਨੂੰ ਇੱਕ ਸਰਕਾਰੀ ਸੇਵਾ ਮੰਨਿਆ ਗਿਆ ਯਾਨੀ ਕਿ ਕਾਰ ਸੇਵਾ ਨਹੀਂ ਬਲਕਿ ਸਰਕਾਰੀ ਸੇਵਾ ਮੰਨਿਆ ਗਿਆ ਕਿਉਂ ਇਸ ਨੂੰ ਸਰਕਾਰੀ ਸੇਵਾ ਕਿਹਾ ਜਾਂਦਾ ਰਿਹਾ ਤੇ ਇਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਨੂੰ ਦੁਬਾਰਾ 1986 ਤੋਂ ਬਾਅਦ ਟਾਇਆ ਗਿਆ ਤੇ ਮੁੜ ਨਵੇਂ ਸਿਰੇ ਤੋਂ ਉਸ ਦੀ ਉਸਾਰੀ ਕੀਤੀ ਗਈ ਸੋ ਅਕਾਲ ਤਖਤ ਸਾਹਿਬ 1984 ਤੋਂ ਲੈ ਕੇ 1986 ਦੇ ਵਿੱਚ ਦੋ ਵਾਰ ਟਾਇਆ ਜਾਂਦਾ ਹੈ ਪਹਿਲੀ ਵਾਰ ਫੋਸਬਲ ਨੂੰ 1984 ਦੇ ਵੀ ਜਦੋਂ ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਮੇਨ ਬਿਲਡਿੰਗ ਤੇ ਫਾਸਾਡ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਸ ਨੂੰ ਨੁਕਸਾਨ ਪਹੁੰਚਦਾ ਹੈ ਉਸ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਜਦੋਂ ਦੁਬਾਰਾ ਸਾਰੀ ਖਰਾਬਤੀ ਜਾਂਦੀ ਹੈ ਉਹਨਾਂ ਜਥੇਬੰਦੀਆਂ ਵੱਲੋਂ ਜੋ ਕਿ ਸਰਕਾਰ ਦੀ ਹੱਥ ਠੋਕੀਆਂ ਏਜੰਸੀਆਂ ਬਣ ਕੇ ਜਾਂ ਫਿਰ ਉਹਨਾਂ ਦੇ ਥਾਪੇ ਹੋਏ ਨਿਹੰਗ ਸਿੰਘਾਂ ਦੀ ਰਹਿਨਮਾਈ ਦੇ ਵਿੱਚ ਇਸ ਕਾਰ ਸੇਵਾ ਨੂੰ ਅੰਜਾਮ ਦਿੰਦੀਆਂ ਨੇ ਉਸ ਤੋਂ ਬਾਅਦ 1986 ਜਨਵਰੀ ਦੇ ਵਿੱਚ ਦੁਬਾਰਾ ਤੋਂ ਉਸ ਬਿਲਡਿੰਗ ਨੂੰ ਉਸ ਅਕਾਲ ਤਖਤ ਸਾਹਿਬ ਨੂੰ ਟਾ ਕੇ ਦੁਬਾਰਾ ਇੱਕ ਨਵੇਂ ਬਿਲਡਿੰਗ ਦੀ ਉਸਾਰੀ ਕੀਤੀ ਜਾਂਦੀ ਹੈ ਇਹ ਪੂਰਾ ਵਾਕਿਆ ਬਹੁਤ ਜ਼ਿਆਦਾ ਜਿੱਥੇ ਹੈਰਾਨ ਕਰ ਦੇਣ ਵਾਲਾ ਵੀ ਹੈ ਉੱਥੇ ਹੀ ਬਹੁਤ ਜ਼ਿਆਦਾ ਦੁੱਖ ਦੇਣ ਵਾਲਾ ਵੀ ਹੈ ਦੁਵਿਧਾ ਬਹੁਤ ਜ਼ਿਆਦਾ ਸੀ ਆਪਸ ਦੀ ਇੱਕ ਬੇਵਿਸ਼ਵਾਸੀ ਦਾ ਜਿਹੜਾ ਮਾਹੌਲ ਸੀ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਇਸ ਦੇ ਨਾਲ ਹੀ ਪੰਜਾਬ ਦੀਆਂ ਉਹ तमाम ਜਮਾਤਾਂ ਜੋ ਕਿ 1984 ਦੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਬਹੁਤ ਹੀ ਜ਼ਿਆਦਾ ਆਪਣੇ ਆਪ ਨੂੰ ਦੁਖੀ ਮਹਿਸੂਸ ਕਰ ਰਹੀਆਂ ਸਨ ਬਹੁਤ ਸੀ ਐਸੀ ਵੱਡੀ ਲੀਡਰਸ਼ਿਪ ਸੀ ਸਿੱਖ ਲੀਡਰਸ਼ਿਪ ਜਿਸ ਦੇ ਵਿੱਚ ਕੀ ਬਹੁਤ ਆਕਾਲੀ ਸਨ ਜੇਲ੍ਹਾਂ ਦੇ ਵਿੱਚ ਸਨ ਕੋਈ ਜ਼ਿਆਦਾ ਗੱਲਬਾਤ ਕਰਨ ਵਾਲਾ ਸੀ ਨਹੀਂ ਕੇਂਦਰ ਸਰਕਾਰ ਕਿਸ ਦੇ ਨਾਲ ਡਾਇਲੌਗ ਸ਼ੁਰੂ ਕਰਦੀ ਆਰੰਭ ਦੀ ਇਸ ਚੀਜ਼ ਦਾ ਕੋਈ ਵੀ ਅੰਦਾਜ਼ਾ ਕਿਸੇ ਨੂੰ ਨਹੀਂ ਸੀ ਕਾਂਗਰਸ ਦੀ ਆਪਣੀ ਲੀਡਰਸ਼ਿਪ ਐਨੀ ਹੀ ਡਰੀ ਹੋਈ ਸੀ ਸੈਮੀ ਹੋਈ ਸੀ ਜਾਂ ਉਹਨਾਂ ਦਾ ਇੰਨਾ ਵਿਰੋਧ ਪੰਜਾਬ ਦੇ ਵਿੱਚ ਹੋ ਰਿਹਾ ਸੀ ਵੀ ਉਹ ਕਿਸੇ ਵੀ ਪੱਖੋਂ ਕੋਈ ਵੀ ਫੈਸਲਾ ਕਰਨ ਜਾਂ ਕਰਵਾਉਣ ਦੇ ਪੱਖੋਂ ਜਾਂ ਉਸ ਦੀ ਵਿਚਾਰਵਲੀ ਕਰਨ ਦੇ ਪ੍ਰਤੀ ਵੀ ਆਪਣੇ ਆਪ ਨੂੰ ਅਸਮਰੱਥ ਸਮਝਦੇ ਸਨ ਸੋ ਇੰਦਰਾ ਗਾਂਧੀ ਦੀ ਕੋਸ਼ਿਸ਼ ਇਹ ਸੀ ਵੀ ਅਕਾਲੀਆਂ ਅਤੇ ਐਸਜੀਪੀਸੀ ਨੂੰ ਦੁਬਾਰਾ ਸਿਰ ਨਾ ਚੁੱਕਣ ਦਿੱਤਾ ਜਾਵੇ ਖੁਦ ਵੀ ਅਕਾਲੀ ਤੇ ਐਸਜੀਪੀਸੀ ਦੀ ਪੂਰੀ ਜਿਹੜੀ ਸਮੁੱਚੀ ਲੀਡਰਸ਼ਿਪ ਸੀ ਜੋ ਕਿ ਜ਼ਿਆਦਾਤਰ ਤਾਂ ਜੇਲ੍ਹਾਂ ਵਿੱਚ ਕੈਦ ਸੀ ਬੰਦ ਸੀ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਗਿਆ ਸੀਗਾ ਲੇਕਿਨ ਜਿਹੜੇ ਲੋਕ ਸਨ ਵੀ ਉਹਨਾਂ ਦੇ ਵਿੱਚ ਨਾ ਤਾਂ ਕੌਨਫੀਡੈਂਸ ਸੀ ਨਾ ਹੀ ਕੋਈ ਐਸੀ ਸਿਰ ਕੱਢ ਕੇ ਗੱਲ ਕਰਨ ਦੀ ਹਿੰਮਤ ਜਾਂ ਇਸ ਦੀ ਸਮਰੱਥਾ ਕਿ ਉਹ ਕੇਂਦਰ ਸਰਕਾਰ ਦੀ ਕਿਸੇ ਵੀ ਮੂਵ ਦੇ ਖਿਲਾਫ ਖੁੱਲਕੇ ਗੱਲ ਕਰ ਸਕਦੇ ਇਹਨਾਂ ਹਾਲਾਤਾਂ ਦੇ ਵਿੱਚ ਜੂਨ 1984 ਦੇ ਕੱਲੂਕਾਰੇ ਜਾਂ ਸਾਕਾ ਨੀਲਾ ਤਾਰਾ ਤੋਂ ਬਾਅਦ ਪਹਿਲੀ ਜਿਹੜੀ ਪ੍ਰਾਇਓਰਟੀ ਇੰਦਰਾ ਗਾਂਧੀ ਦੀ ਸੀ ਕਿਉਂਕਿ ਇੰਦਰਾ ਗਾਂਧੀ ਇਸ ਪੂਰੇ ਸਾਕੇ ਤੋਂ ਬਾਅਦ ਕੁਝ ਦਿਨ ਬਾਅਦ ਕੁਝ ਹਫਤੇ ਬਾਅਦ ਦਰਬਾਰ ਸਾਹਿਬ ਆਉਂਦੇ ਨੇ ਇੱਥੇ ਮੱਥਾ ਟੇਕਦੇ ਨੇ ਜੋ ਵੀ ਤਬਾਹੀ ਹੋਈ ਜੋ ਵੀ ਨੁਕਸਾਨ ਹੋਇਆ ਉਸ ਦਾ ਜਾਇਜ਼ਾ ਇੰਦਰਾ ਗਾਂਧੀ ਨੇ ਲਿਆ ਉਸ ਤੋਂ ਬਾਅਦ ਇਸ ਪੂਰੀ ਬਿਲਡਿੰਗ ਤੇ ਅਕਾਲ ਤਖਤ ਦੀ ਬਿਲਡਿੰਗ ਜਿਸ ਨੂੰ ਕੀ ਮੁਢਲੇ ਪੱਧਰ ਤੇ ਜ਼ਿਆਦਾ ਨੁਕਸਾਨ ਪਹੁੰਚਿਆ ਸੀ ਉਸ ਨੂੰ ਦੁਬਾਰਾ ਉਸਾਰੀ ਕਰਨਾ ਕੇਂਦਰ ਸਰਕਾਰ ਨੇ ਆਪਣਾ ਪਹਿਲਾ ਪੀਚਾ ਬਣਾ ਲਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਇਸ ਵਾਸਤੇ ਮਤਵਪੂਰਨ ਸੀ ਕਿਉਂਕਿ ਬਹੁਤ ਵੱਡੀ ਕੈਸੀ ਲੀਡਰਸ਼ਿਪ ਸੀ ਪੰਜਾਬ ਦੇ ਵਿੱਚ ਸਿੱਖ ਲੀਡਰਸ਼ਿਪ ਜੋ ਕਿ ਚਾਹਦੀ ਸੀ ਤੇ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਨੂੰ ਉਹ ਟੈਟੇਰੀ ਉਹ ਛਤੀਕਰਸ ਜਿਹੜੀ ਬਿਲਡਿੰਗ ਸੀ ਉਸ ਨੂੰ ਉਸੇ ਸਰੂਪ ਦੇ ਵਿੱਚ ਰੱਖਿਆ ਜਾਵੇ ਜਾਂ ਉਸ ਨੂੰ ਜੇ ਦੁਬਾਰਾ ਉਸ ਦੀ ਉਸਾਰੀ ਕਰਨੀ ਵੀ ਹੈ ਤਾਂ ਇਹ ਜਿਹੜੇ ਜ਼ਖਮ ਜਾਂ ਜਿਹੜੇ ਨੁਕਸਾਨ ਦੇ ਜਿਹੜੇ ਨਿਸ਼ਾਨ ਸਨ ਉਹਨਾਂ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਤੇ ਪੀੜ੍hiyan ਹੈਗੀਆਂ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ ਰਹੇ ਕੀ ਵਧੀਕੀ ਤੇ ਕੀ ਤੱਕਾ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਨੂੰ ਹੋਇਆ ਸੋ ਇਹੀ ਚੀਜ਼ ਦਾ ਡਰ ਜਿਹੜਾ ਸੀ ਉਹ ਇੰਦਰਾ ਗਾਂਧੀ ਤੇ ਉਹਨਾਂ ਦੀ ਸਰਕਾਰ ਨੂੰ ਵੀ ਸੀ ਉਹ ਬਿਲਕੁਲ ਨਹੀਂ ਚਾਹੁੰਦੇ ਸਨ ਇਹ ਕੱਲ ਤੱਕ ਸਾਮ ਨੂੰ ਇਸ ਬੌਮਡ ਆਊਟ ਸਟੇਜ ਜਿਸ ਨੂੰ ਕਹਿੰਦੇ ਯਾਨੀ ਕਿ ਟੈਟੇਰੀਸ ਅਵਸਥਾ ਉਹ ਟੈਟੇਰੀਅ ਅਵਸਥਾ ਉਹ ਬੇਦਬੀ ਵਾਲੀ ਅਵਸਥਾ ਜਿਸ ਦੇ ਤਹਿਤ ਕੀ ਅੱਧੀ ਬਿਲਡਿੰਗ ਸੀ ਤੇ ਅੱਧੀ ਬਿਲਡਿੰਗ ਦਾ ਹਿੱਸਾ ਜਿਹੜਾ ਸੀ ਉਹ ਟੁੱਟ ਚੁੱਕਾ ਸੀ ਉਸ ਨੂੰ ਉਵੇਂ ਰਿਟੇਨ ਕੀਤਾ ਜਾਂਦਾ ਕਿਉਂਕਿ ਆਉਣ ਵਾਲੇ ਜਨਰੇਸ਼ਨਸ ਲਈ ਪੋਸਟੇਰਿਟੀ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਬਹੁਤ ਹੀ ਮਾੜਾ ਮੈਸੇਜ ਹੋਣਾ ਸੀ ਇਸ ਕੰਮ ਲਈ ਇੰਦਰਾ ਗਾਂਧੀ ਨੇ ਆਪਣੇ ਸੇਪੇ ਸਲਾਰ ਤੇ ਐਸ਼ੀਅਨ ਖੇਡਾਂ ਜਾਂ ਐਸ਼ੀਆਰ ਖੇਡਾਂ ਕਰਵਾਏ ਜਾਂਦੇ ਆਪਣੇ ਮਹਾਰਾਤੀ ਜਿਹੜੇ ਮਿਨਿਸਟਰ ਸਨ ਜੋ ਕਿ ਹਾਊਸਿੰਗ ਮਿਨਿਸਟਰ ਜਾਂ ਵਰਕਸ ਮੈਕਮੋਨੋਕਲਸੀ ਬੂਟਾ ਸਿੰਘ ਪੰਜਾਬ ਤੋਂ ਤਾਲੁਕ ਰੱਖਦੇ ਸਨ ਖੁਦ ਵੀ ਇੱਕ ਸਿੱਖ ਸਨ ਉਹਨਾਂ ਨੂੰ ਅੱਗੇ ਕੀਤਾ ਤੇ ਇੱਕ ਪ੍ਰੋਗਰਾਮ ਤੇ ਪਲਾਨਿੰਗ ਕੀਤੀ ਗਈ ਵੀ ਸ੍ਰੀ ਕਲਤਕ ਸਾਬ ਦੀ ਬਿਲਡਿੰਗ ਦੀ ਮੁਰ ਉਸਾਰੀ ਕੀਤੀ ਜਾਵੇ ਤੇ ਇੱਥੇ ਕਾਰ ਸੇਵਾ ਆਰੰਭੀ ਜਾਵੇ ਲੇਕਿਨ ਇਹ ਕਾਰ ਸੇਵਾ ਨਾ ਤਾਂ ਐਸਜੀਪੀਸੀ ਨੂੰ ਦਿੱਤੀ ਜਾਣੀ ਸੀ ਨਾ ਹੀ ਅਕਾਲੀ ਦਲ ਨੂੰ ਦਿੱਤੀ ਜਾਣੀ ਸੀ ਤੇ ਨਾ ਹੀ ਸਥਾਨਕ ਲੈਵਲ ਦੀ ਸਿੱਖ ਲੀਡਰਸ਼ਿਪ ਕਿਉਂਕਿ ਇੰਦਰਾ ਗਾਂਧੀ ਦੀ ਇਹ ਸੋਚ ਸੀ ਵੀ ਜੇ ਇਹ ਕੰਮ ਕਾਰ ਸੇਵਾ ਦਾ ਕੰਮ ਸਥਾਨਕ ਪੱਧਰ ਤੇ ਜਾਂ ਸਥਾਨਕ ਲੀਡਰਸ਼ਿਪ ਦੇ ਹੱਥ ਵਿੱਚ ਚਲਾ ਜਾਂਦਾ ਹੈ ਤਾਂ ਉਹ ਅਕਾਲ ਤਖਤ ਦੀ ਸਾਹਿਬ ਦੀ ਉਸਾਰੀ ਜਿਹੜੀ ਹੈ ਉਸ ਨੂੰ ਇੱਕ ਵੱਖਰੇ ਤਰੀਕੇ ਨਾਲ ਕਰਨਗੇ ਤੇ ਉਹਨਾਂ ਸਾਰੇ ਜ਼ਖਮਾਂ ਨੂੰ ਉਹਨਾਂ ਸਾਰੀਆਂ ਚੋਟਾਂ ਨੂੰ ਉਹਨਾਂ ਸਾਰੇ ਨਿਸ਼ਾਨ ਨੁਕਸਾਨ ਦੇ ਨਿਸ਼ਾਨਾਂ ਨੂੰ ਬਰਕਰਾਰ ਰੱਖਿਆ ਜਾਏਗਾ ਜੋ ਕਿ ਉਹਨਾਂ ਲਈ ਉਹਨਾਂ ਦੀ ਸਰਕਾਰ ਲਈ ਆਉਣ ਵਾਲੇ ਸਮੇਂ ਜਾਂ ਕਈ ਕਈ ਸਾਲਾਂ ਜਾਂ ਕਈ ਕਈ ਦਹਾਕਿਆਂ ਤੱਕ ਇੱਕ ਨਮੋਸ਼ੀ ਦਾ ਸਬਬ ਅੰਤਰਰਾਸ਼ਟਰੀ ਪੱਧਰ ਤੇ ਵੀ ਬੜਨਗੇ ਸੋ ਇੰਦਰਾ ਗਾਂਧੀ ਨੇ ਤਿਆਰ ਕਰ ਲਿਆ ਕਿ ਜਿਹੜੀ ਵੀ ਕਾਰ ਸੇਵਾ ਆਰੰਭੀ ਜਾਏਗੀ ਜਾਂ ਜਿਹੜੀ ਵੀ ਰੀਕਨਸਟ੍ਰਕਸ਼ਨ ਹੋਏਗੀ ਉਹ ਸਰਕਾਰ ਹੀ ਕਰਾਏਗੀ ਅਕਾਲੀ ਦਲ ਦੀ ਲੀਡਰਸ਼ਿਪ ਜੋ ਕਿ ਜੇਲ੍ਹਾਂ ਵਿੱਚ ਸੀ ਇਸ ਪ੍ਰਤੀ ਕੈਪੇਬਲ ਵੀ ਨਹੀਂ ਸੀ ਤੇ ਪੰਜ ਸਿੰਘ ਸਹਿਬਾਨ ਜੋ ਕਿ ਬਾਹਰ ਸਨ ਉਹ ਸਿਆਸੀ ਪੱਖੋਂ ਐਨੇ ਮਜ਼ਬੂਤੀ ਅਤੇ ਮੁਖਰ ਨਹੀਂ ਸਨ ਵੀ ਇਸ ਪੂਰੇ ਮੁੱਦੇ ਤੇ ਆਪਣੀ ਗੱਲਬਾਤ ਨੂੰ ਖੁੱਲਕੇ ਕਰ ਸਕਣ ਇਹਨਾਂ ਹਾਲਾਤਾਂ ਦਾ ਫਾਇਦਾ ਉਠਾਉਂਦਿਆਂ ਹੋਇਆ ਕੇਂਦਰ ਸਰਕਾਰ ਨੇ ਪਾਰਲੀਮੈਂਟ ਦੇ ਵਿੱਚ ਤੇ ਪਾਰਲੀਮੈਂਟ ਤੋਂ ਬਾਹਰ ਜਿੱਥੇ ਅਕਾਲੀ ਦਲ ਤੇ ਐਸਜੀਪੀਸੀ ਦੀ ਲੀਡਰਸ਼ਿਪ ਨੂੰ ਪੰਡਿਆ ਸੰਜਰਨ ਸਿੰਘ ਪਿੰਡਰਾਂਵਾਲਾ ਹੋਣਾਂ ਨੂੰ ਇੱਕ ਖੁੱਲੀ ਛੁੱਟ ਦੇਣ ਤੇ ਦਰਬਾਰ ਸਾਹਿਬ ਉੱਤੇ ਇਸ ਤਰੀਕੇ ਦੀ ਕੇਰਾਬੰਦੀ ਆ ਹਥਿਆਰਬੰਦ ਕੇਰਾਬੰਦੀ ਕਰਨ ਦਾ ਕਾਫੀ ਹੱਦ ਤੱਕ ਜ਼ਿੰਮੇਵਾਰ ਵੀ ਕੌਮੀ ਪੱਧਰ ਤੇ ਇੰਦਰਾ ਗਾਂਧੀ ਸਰਕਾਰ ਨੇ ਅਕਾਲੀ ਲੀਡਰਸ਼ਿਪ ਨੂੰ ਠਹਿਰਾਇਆ ਉੱਥੇ ਹੀ ਉਹਨਾਂ ਨੇ ਨਾਲ ਦੇ ਨਾਲ ਕਾਰ ਸੇਵਾ ਤੇ ਪੱਖੋਂ ਵੀ ਐਸੇ ਲੋਕਾਂ ਦੀ ਪਾਲ ਕਰਨੀ ਸ਼ੁਰੂ ਕਰਤੀ ਕਿਉਂਕਿ ਪੰਜਾਬ ਦੇ ਵਸਨੀਕ ਹੋਣ ਤੇ ਕਾਰ ਸੇਵਾ ਦੇ ਵਿੱਚ ਅੱਗੇ ਲੱਕੇ ਕੰਮ ਕਰਨ ਲੇਕਿਨ ਬੂਟਾ ਸਿੰਘ ਦੀ ਚੁਣੌਤੀ ਇਹ ਸੀ ਕਿ ਬੂਟਾ ਸਿੰਘ ਨੂੰ ਐਸਾ ਕੋਈ ਵੀ ਸਿੱਖ ਨਹੀਂ ਮਿਲ ਰਿਹਾ ਸੀ ਐਸਾ ਕੋਈ ਵੀ ਸਰਕਟਾ ਡਾਕੂ ਨਹੀਂ ਮਿਲ ਰਿਹਾ ਸੀ ਅਕਾਲੀ ਦਲ ਦੀ ਸੈਕੰਡ ਡਰਗ ਦੀ ਲੀਡਰਸ਼ਿਪ ਦੇ ਨਾਲ ਉਹਨਾਂ ਦੀ ਗੱਲਬਾਤ ਬੇਮਾਨਾ ਸੀ ਐਕਟਿੰਗ ਉਸ ਵਕਤ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਸਰ ਸਰਦਾਰ ਆਤਮਾ ਸਿੰਘ ਉਹਨਾਂ ਵੱਲੋਂ ਇਸ ਚੀਜ਼ ਲਈ ਇਨਕਾਰ ਕਰਤਾ ਗਿਆ ਸੋ ਕਾਰ ਸੇਵਾ ਲਈ ਆਪਣਾ ਅਗਲਾ ਸਾਥੀ ਤਲਾਸ਼ਣ ਦੇ ਮਨੋਰਥ ਦੇ ਨਾਲ ਬੂਟਾ ਸਿੰਘ ਹੋਣਾ ਵੱਲੋਂ ਬਾਬਾ ਖੜਕ ਸਿੰਘ ਜੋ ਕਿ ਕਾਰ ਸੇਵਾ ਦੇ ਵਿੱਚ ਇੱਕ ਬਹੁਤ ਵੱਡਾ ਨਾਂ ਸਨ ਬਹੁਤ ਸੀਆਂ ਸੀਆਂ ਕਾਰ ਸੇਵਾਵਾਂ ਦੇ ਵਿੱਚ ਬਾਬਾ ਖੜਕ ਸਿੰਘ ਦੀ ਜਿਹੜੀ ਭੂਮਿਕਾ ਤੇ ਯੋਗਦਾਨ ਸੀ ਉਹ ਬਹੁਮੁੱਲਾ ਮੰਨਿਆ ਜਾਂਦਾ ਸੀ ਉਹਨਾਂ ਤੱਕ ਪਹੁੰਚ ਕੀਤੀ ਗਈ ਲੇਕਿਨ ਬਾਬਾ ਖੜਕ ਸਿੰਘ ਹੋਣਾ ਵੱਲੋਂ ਬੂਟਾ ਸਿੰਘ ਨੂੰ ਕੋਰੀ ਨਾ ਕਰਤੀ ਗਈ ਫੌਜ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਮੁਕੰਮਲ ਤੌਰ ਤੇ ਹਟਾਏ ਜਾਣ ਦੀ ਕੰਡੀਸ਼ਨ ਬਾਬਾ ਖੜਕ ਸਿੰਘ ਵੱਲੋਂ ਰੱਖੀ ਗਈ ਜੋ ਕਿ ਇੰਦਰਾ ਸਰਕਾਰ ਨੂੰ ਮਨਜ਼ੂਰ ਨਹੀਂ ਸੀ ਇਸ ਦੇ ਨਾਲ ਹੀ ਬਾਬਾ ਖੜਕ ਸਿੰਘ ਕਾਫੀ ਦੁਖੀ ਵੀ ਸਨ ਉਹਨਾਂ ਦੇ ਵਿੱਚ ਕਾਫੀ ਗੁੱਸਾ ਵੀ ਸੀ ਸੋ ਬੂਟਾ ਸਿੰਘ ਨੂੰ ਕੋਰੀ ਜਿਹੜੀ ਇਨਕਾਰ ਹੈ ਕੋਰੀ ਜਰੀ ਨਾ ਹੈ ਉਹ ਬਾਬਾ ਖੜਕ ਸਿੰਘ ਹੋਣਾ ਵੱਲੋਂ ਮਿਲੀ ਇਸ ਤੋਂ ਬਾਅਦ ਬੂਟਾ ਸਿੰਘ ਦਾ ਜਿਹੜਾ ਅਗਲਾ ਦਾ ਸੀ ਜਾਂ ਅਗਲਾ ਜਿਹੜਾ ਉਹਨਾਂ ਵੱਲੋਂ ਆਪਣਾ ਪੱਤਾ ਖੇਡਿਆ ਗਿਆ ਉਹ ਸੀ ਨਿਹੰਗ ਬੁੱਢਾ ਦਲ 96 ਕਰੋੜੀ ਦਾ ਜਿਹੜਾ ਮੁਖੀ ਹੋਇਆ ਕਰਦਾ ਸੀ ਬਾਬਾ ਸੰਤਾ ਸਿੰਘ ਸੋ ਬਾਬਾ ਸੰਤਾ ਸਿੰਘ ਜਿਨ੍ਹਾਂ ਦਾ ਹੈੱਡਕੁਆਰਟਰ ਵੀ ਅੰਮ੍ਰਿਤਸਰ ਤੋਂ ਤਕਰੀਬਨ 300 ਕਿਲੋਮੀਟਰ ਦੇ ਦੂਰ ਦੱਸਿਆ ਜਾਂਦਾ ਸੀ ਉਹਨਾਂ ਨੂੰ ਰਾਤੋਂ ਰਾਤ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਕਾਰ ਸੇਵਾ ਲਈ ਇੰਦਰਾ ਗਾਂਧੀ ਸਰਕਾਰ ਵੱਲੋਂ ਉਤਾਰਤਾ ਗਿਆ ਬਾਬਾ ਸੰਤਾ ਸਿੰਘ ਦਾ ਪਿਸ਼ੌਕੜ ਜਿਹੜਾ ਸੀ ਉਹ ਕਾਂਗਰਸ ਅੱਖੀ ਸੀ ਕਾਂਗਰਸ ਦੀ ਹਮਾਇਤ ਵਾਲਾ ਸੀ ਗਿਆਨੀ ਜ਼ੈਲ ਸਿੰਘ ਹੋਣਾ ਵੱਲੋਂ ਬਤੌਰ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਸਮੇਂ ਉਹਨਾਂ ਨੂੰ ਬਹੁਤ ਵੱਡੇ ਵੱਡੀ ਮਹਿੰਗੀ ਮਹਿੰਗੀ ਗੱਡੀਆਂ ਜਿਹੜੀਆਂ ਸਨ ਤੋਹਫੇ ਦੇ ਰੂਪ ਵਿੱਚ ਦਿੱਤੀਆਂ ਜਾਂਦੀਆਂ ਸਨ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਲੰਮਾ ਚੌੜਾ ਕਨਵਾਈ ਜਾਂ ਇੱਕ ਕਾਫਲਾ ਵੀ ਜਿਹੜਾ ਸੁਰੱਖਿਆ ਘੇਰੇ ਦਾ ਉਸ ਵਕਤ ਗਿਆਨੀ ਜ਼ੈਲ ਸਿੰਘ ਹੋਣਾ ਵੱਲੋਂ ਮੁਹैया ਕਰਵਾਇਆ ਗਿਆ ਸੀ ਸੋ ਬਾਬਾ ਸੰਤਾ ਸਿੰਘ ਜਿਹੜੇ ਸਨ ਨਿਹੰਗ ਬੁੱਢਾ ਦਲ ਦੇ ਮੁਖੀ ਸਨ ਉਹਨਾਂ ਦੀ ਕਾਂਗਰਸ ਦੇ ਨਾਲ ਚੰਗੀ ਨੇੜਤਾ ਸੀ ਤੇ ਇਸ ਕੰਮ ਲਈ ਬਾਬਾ ਸੰਤਾ ਸਿੰਘ ਨੂੰ ਚੁਣਿਆ ਗਿਆ ਤੇ ਉਹਨਾਂ ਦੀ ਰਹਿਨੁਮਾਈ ਹੇਠ ਹੀ ਇਸ ਕਾਰ ਸੇਵਾ ਨੂੰ ਅੱਗੇ ਤੋਰਿਆ ਗਿਆ ਸ਼ੁਰੂ ਕੀਤਾ ਗਿਆ ਜਿਸ ਦਾ ਕੀ ਕਾਫੀ ਜ਼ਿਆਦਾ ਵਿਰੋਧ ਵੀ ਹੋਇਆ ਆਪਰੇਸ਼ਨ ਬਲੂ ਸਟਾਰ ਤੋਂ ਕਈ ਮਹੀਨੇ ਬਾਅਦ ਤੱਕ ਦਰਬਾਰ ਸਾਹਿਬ ਕੰਪਲੈਕਸ ਦੀ ਪੂਰਾ ਜਿਹੜਾ ਕੰਟਰੋਲ ਥਾ ਉਹਦੀ ਜਿਹੜੀ ਪੂਰੀ ਕਸਟਡੀ ਸੀ ਉਹ ਭਾਰਤੀ ਫੌਜ ਕੋਲ ਰਹੀ ਸੀ ਹਾਲਾਂਕਿ ਕੁਝ ਦਿਨ ਬਾਅਦ ਹੀ ਦਰਸ਼ਨਾ ਲਈ ਸ਼ਰਧਾਲੂਆਂ ਦੇ ਲਈ ਦਰਬਾਰ ਸਾਹਿਬ ਕੰਪਲੈਕਸ ਨੂੰ ਖੋਲਤਾ ਗਿਆ ਸੀ ਉਸ ਵਕਤ ਫੌਜ ਦੇ ਅਧਿਕਾਰੀ ਸਨ ਜੋ ਕਿ ਜਿਹੜੇ ਵਿਸ਼ੇਦਾਲੂ ਦਰਬਾਰ ਸਭਾ ਆਇਆ ਕਰਦੇ ਸਨ ਉਹਨਾਂ ਨੂੰ ਜਿਹੜਾ ਨੁਕਸਾਨ ਹੋਇਆ ਕਿਸ ਤਰੀਕੇ ਨਾਲ ਲੜਾਈ ਹੋਈ ਕਿਸ ਤਰੀਕੇ ਨਾਲ ਖਾੜਕੂਆਂ ਨਾਲ ਸਾਹਮਣਾ ਹੋਇਆ ਇਹ ਸਾਰੀ ਗੱਲਾਂ ਬਾਤਾਂ ਇਹਦੀ ਮੁਕੰਮਲ ਜਿਹੜੀ ਗਾਈਡੈਂਸ ਸੀ ਉਹ ਫੌਜ ਦੇ ਅਫਸਰਾਂ ਵੱਲੋਂ ਹੀ ਦਿੱਤੀ ਜਾ ਰਹੀ ਸੀ ਉਸ ਦੌਰਾਨ ਜਿਹੜੀਆਂ ਦੀਵਾਰਾਂ ਉੱਤੇ ਜਾਂ ਬਿਲਡਿੰਗਾਂ ਉੱਤੇ ਗੋਲੀਆਂ ਦੇ ਨਿਸ਼ਾਨ ਸਨ ਜਾਂ ਕੁਲ ਬਹੁਤ ਸੇ ਨੁਕਸਾਨਦੇਹੇ ਨਿਸ਼ਾਨ ਸਨ ਉਹਨਾਂ ਦੀ ਪਰਪਾਈ ਲਈਏ ਜਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਮੁਰੰਮਤ ਕਰਨ ਦਾ ਜਿਹੜਾ ਕੰਮ ਸੀ ਉਹ ਵੀ ਫੌਜ ਨੇ ਆਪਣੇ ਪੱਧਰ ਤੇ ਹੀ ਸ਼ੁਰੂ ਕਰਤਾ ਸੀ ਫੌਜ ਨੂੰ ਇਸ ਚੀਜ਼ ਦਾ ਖੁਦ ਨੂੰ ਵੀ ਅੰਦਾਜ਼ਾ ਸੀ ਕਿ ਜੋ ਕਰ ਰਹੇ ਨੇ ਉਹ ਗਲਤ ਹੈ ਕਿਉਂਕਿ ਇਹ ਕਾਰ ਸੇਵਾ ਜਿਹੜੀ ਹੈ ਉਹ ਸ਼ਰਧਾਲੂਆਂ ਵੱਲੋਂ ਕੀਤੀ ਜਾਣੀ ਹੁੰਦੀ ਹੈ ਨਾ ਕਿ ਕਿਸੇ ਹੋਰ ਵੱਲੋਂ ਨੁਕਸਾਨ ਫੌਜ ਨੇ ਪਹੁੰਚਾਇਆ ਸੀ ਲੇਕਿਨ ਇਸ ਚੀਜ਼ ਦਾ ਅੰਦਾਜ਼ਾ ਫੌਜ ਦੇ ਜਰਨਲਾਂ ਤੇ ਸਰਕਾਰ ਦੇ ਵਿੱਚ ਸੀ ਵੀ ਇਹ ਕਾਰ ਸੇਵਾ ਦਾ ਜਿਹੜਾ ਕੰਮ ਹੈ ਉਹ ਮੁੱਖ ਤੌਰ ਤੇ ਸਿੱਖ ਪੰਥਕ ਹਲਕਿਆਂ ਦੇ ਵਿੱਚੋਂ ਜਾਂ ਸਿੱਖਾਂ ਦੀ ਨੁਮਾਇੰਦਾ ਜਮਾਤਾਂ ਹੀ ਕਰਨ ਗਿਆ ਇਸੇ ਤਹਿਤ ਇਹ ਜ਼ਰੂਰਤ ਮਹਿਸੂਸ ਹੋਈ ਵੀ ਕਾਰ ਸੇਵਾ ਨੂੰ ਵੀ ਕਿਸੇ ਸਿੱਖ ਦੇ ਹੱਥੋਂ ਜਾਂ ਕਿਸੇ ਅਸੀ ਜੱਥੇਬੰਦੀ ਨੂੰ ਅੱਗੇ ਲਾ ਕੇ ਹੀ ਅੰਜਾਮ ਦਿੱਤਾ ਜਾਵੇ ਜਿਸ ਲਈ ਕਿ ਹੁਣ ਉਹਨਾਂ ਨੂੰ ਆਪਣਾ ਮੋਹਰਾ बाबा संता सिंह मिल चुके सन सो एक पासे बाबा खड़क सिंह सन जो कि चांद एसन ਵੀ ਉਹ ਕਾਰ ਸੇਵਾ ਕਰਨ ਲੇਕਿਨ ਉਹ ਐਸਜੀਪੀਸੀ ਤੇ ਅਕਾਲੀ ਦਲ ਵੱਲੋਂ ਜੇ ਕਾਰ ਸੇਵਾ ਸ਼ੁਰੂ ਕੀਤੀ ਜਾਂਦੀ ਹੈ ਤੇ ਫੌਜ ਨੂੰ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਕੱਟੇ ਜਾਣ ਤੋਂ ਬਾਅਦ ਕਾਰ ਸੇਵਾ ਸ਼ੁਰੂ ਹੁੰਦੀ ਹੈ ਤਾਂ ਉਹ ਕਾਰ ਸੇਵਾ ਕਰਨ ਲਈ ਤਿਆਰ ਹੋਏ ਸਨ ਹਾਲਾਂਕਿ ਸ਼ੁਰੂਆਤੀ ਦੌਰ ਦੇ ਵਿੱਚ ਉਹਨਾਂ ਨੇ ਬੂਟਾ ਸਿੰਘ ਨੂੰ ਕੋਰੀ ਨਾ ਕਰਤੀ ਸੀ ਲੇਕਿਨ ਦੂਸਰੇ ਪਾਸੇ ਬਾਬਾ ਸੰਤਾ ਸਿੰਘ ਸੀ ਉਹ ਇੱਕ ਤਰੀਕੇ ਨਾਲ ਕਾਂਗਰਸ ਦਾ ਹੀ ਏਜੰਟ ਮੰਨਿਆ ਜਾਂਦਾ ਸੀ ਤੇ ਕਾਂਗਰਸ ਦਾ ਹੱਥ ਉਹਨਾਂ ਦੇ ਉੱਤੇ ਸੀ ਇਕ ਲੌਜੀਕ ਵੀ ਬਾਬਾ ਸੰਤਾ ਸਿੰਘ ਕੋਲ ਸੀ ਉਹਨਾਂ ਦਾ ਇਹ ਮਾਨਾ ਸੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਇਹ ਵੀ ਦੱਸਦੀ ਵੀ ਪੰਜ ਸਿੰਘ ਸਹਿਬਾਨ ਜਦੋਂ ਕਿ ਇਹ ਪੂਰੀ ਕਾਰ ਸੇਵਾ ਬਾਬਾ ਸੰਤਾ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਇਹ ਕਾਲ ਦਿੱਤੀ ਗਈ ਵੀ ਕੋਈ ਵੀ ਸਿੱਖ ਜਾਂ ਕੋਈ ਵੀ ਸਿੱਖ ਪੰਥ ਦਾ ਜਿਹੜਾ ਹਿਤੈਸ਼ੀ ਹੈ ਉਹ ਇਸ ਕਾਰ ਸੇਵਾ ਵਿੱਚ ਹਿੱਸਾ ਨਹੀਂ ਲਏਗਾ ਤੇ ਜੇ ਇਸ ਹੁਕਮਨਾਮੇ ਜੋ ਕਿ ਹੁਕਮਨਾਮੇ ਦੀ ਸ਼ਕਲ ਵਿੱਚ ਇਹ ਆਰਡਰ ਦਿੱਤਾ ਗਿਆ ਸੀ ਜੇ ਹੁਕਮਨਾਮੇ ਦੀ ਕੋਈ ਵੀ ਪਾਲਾ ਨਹੀਂ ਕਰਦਾ ਤਾਂ ਉਸ ਨੂੰ ਪੰਥ ਦੇ ਵਿੱਚੋਂ ਸੇਕਤਾ ਜਾਏਗਾ ਬਾਅਦ ਦੇ ਵਿੱਚ ਬੂਟਾ ਸਿੰਘ ਤੇ ਗਿਆਨੀ ਜ਼ੈਲ ਸਿੰਘ ਉਹਨਾਂ ਨੂੰ ਤਨਖਾਹਾਂ ਵੀ ਕੋਸ਼ਿਸ਼ ਕੀਤਾ ਗਿਆ ਤੇ ਉਹਨਾਂ ਨੂੰ ਸਜ਼ਾਵਾਂ ਵੀ ਸ੍ਰੀ ਕਾਲ ਤਖਸਾ ਵੱਲੋਂ ਲਾਈਆਂ ਗਈਆਂ ਸੋ ਇਹ ਇੱਕ ਇਤਿਹਾਸ ਸੀ ਜਿਸ ਦੇ ਤਹਿਤ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਹੁਕਮਨਾਮੇ ਦੇ ਤਹਿਤ ਇਸ ਕਾਰ ਸੇਵਾ ਵੀ ਜੋ ਕਿ ਸਰਕਾਰ ਦੇ ਇਸ਼ਾਰੇ ਤੇ ਸਰਕਾਰ ਦੇ ਆਪਣੇ ਮਫਾਦਾਂ ਨੂੰ ਪੂਰਾ ਕਰਨੀ ਸ਼ੁਰੂ ਕੀਤੀ ਗਈ ਸੀ ਲੇਕਿਨ ਇਹ ਪੂਰੀ ਗੱਲਬਾਤ ਸੀ ਜਦੋਂ ਕਿ ਬਾਬਾ ਸੰਤਾ ਸਿੰਘ ਫੌਜ ਦੇ ਪੂਰੇ ਛਤਰਛਾਇਆ ਦੇ ਵਿੱਚ ਫੌਜ ਦੇ ਪੂਰੇ ਸائے ਦੇ ਵਿੱਚ ਪਰਛਾਵੇਂ ਦੇ ਵਿੱਚ ਉਹਨਾਂ ਵੱਲੋਂ ਉਹਨਾਂ ਦੇ ਕਰੀਬਨ 300 ਤੋਂ ਲੈ ਕੇ 400 ਨਿਹੰਗ ਹੋਰ ਸਾਥੀ ਦੱਸੇ ਜਾਂਦੇ ਨੇ ਜੋ ਕਿ ਉਹਨਾਂ ਦੇ ਸਮਰਥਕ ਸਨ 96 ਕਰੋੜੀ ਬੁੱਢਾ ਦਲ ਉਹਦੇ ਸਮਰਥਕਾਂ ਵੱਲੋਂ ਇਸ ਕਾਰ ਸੇਵਾ ਨੂੰ ਸ਼ੁਰੂ ਕਰਤਾ ਗਿਆ ਸੀਗਾ ਤੇ ਤਕਰੀਬਨ ਡੇਢ ਮਹੀਨੇ ਦੇ ਰਿਕਾਰਡ ਟਾਈਮ ਦੇ ਵਿੱਚ ਸ੍ਰੀ ਕਲਤਕ ਸਾਬ ਦੀ ਬਿਲਡਿੰਗ ਜਾਂ ਉਸ ਦਾ ਜਿਹੜਾ ਫਸਾਡ ਸੀ ਮੁੱਖ ਬਿਲਡਿੰਗ ਸੀ ਉਸ ਦਾ ਕੰਮ ਮੁਕੰਮਲ ਕਰ ਲਿਆ ਗਿਆ ਸੀ ਇੱਕ ਰਿਕਾਰਡ ਤੋੜ ਸਮੇਂ ਦੇ ਵਿੱਚ ਇਹ ਕੰਮ ਮੁਕੰਮਲ ਕੀਤਾ ਗਿਆ ਮੋਤਾ ਸਿੰਘ ਵੱਲੋਂ ਇਸ ਕਾਰ ਸੇਵਾ ਲਈ ਇੱਕ ਪ੍ਰਾਈਵੇਟ ਕੰਟਰੈਕਟਰ ਤੇਜਵੰਦ ਸਿੰਘ ਨੂੰ ਹਾਇਰ ਕੀਤਾ ਗਿਆ ਤੇ ਉਸ ਦੀ ਕੰਪਨੀ ਸਕਿਪਿੰਗ ਬਿਲਡਰਸ ਨਾਂ ਦੀ ਕੰਪਨੀ ਸੀ ਜਿਸ ਦੇ ਲੇਬਰਰ ਤੇ ਕੰਟਰੈਕਟਰਾਂ ਨੇ ਦਿਨ ਰਾਤ ਲਾ ਕੇ ਇਸ ਕਾਰ ਸੇਵਾ ਨੂੰ ਪੂਰਾ ਕੀਤਾ ਇਹ ਪੂਰੀ ਜਿਹੜੀ ਗੱਲਬਾਤ ਸੀ ਉਹ ਸਿੱਖ ਮਰਿਆਦਾ ਦੇ ਖਿਲਾਫ ਮੰਨੀ ਜਾਂਦੀ ਸੀ ਕਿਉਂਕਿ ਸਿੱਖ ਮਰਿਆਦਾ ਦੇ ਤਹਿਤ ਜਿਹੜੀ ਵੀ ਕਾਰ ਸੇਵਾ ਕੀਤੀ ਜਾਣੀ ਹੁੰਦੀ ਹੈ ਉਹ ਸ਼ਰਧਾ ਦੇ ਤਹਿਤ ਕੀਤੀ ਜਾਂਦੀ ਹੈ ਨਾ ਕਿ ਕਿਸੇ ਮੋਨਿਟਰੀ ਜਾਂ ਪੈਸੇ ਦੇ ਲਾਲਚ ਦੇ ਹੇਠ ਜਾਂ ਫਿਰ ਕਿਸੇ ਕੰਟਰੈਕਟ ਦੇ ਹੇਠ ਸੋ ਜਿੰਨੀ ਵੀ ਕਾਰ ਸੇਵਾ ਦੇ ਵਿੱਚ ਯੋਗਦਾਨ ਪਾਇਆ ਜਾਂਦਾ ਹੈ ਉਹ ਸ਼ਰਧਾ ਅਨੁਸਾਰ ਪਾਇਆ ਜਾਂਦਾ ਹੈ ਚਾਹੇ ਉਹ ਲੇਬਰ ਦਾ ਹੋਵੇ ਚਾਹੇ ਉਹ ਮਟੀਰੀਅਲ ਦਾ ਹੋਵੇ ਲੇਕਿਨ ਇਹ ਜਿਹੜੀ ਪੂਰੀ ਗੱਲਬਾਤ ਜਾਂ ਮੂੜ ਉਸਾਰੀ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਦੀ ਚੱਲ ਰਹੀ ਸੀ ਉਸ ਵਿੱਚ ਕੇਂਦਰ ਸਰਕਾਰ ਤੇ ਉਸ ਦੇ ਜਿਹੜੇ ਠੇਕੇਦਾਰ ਸਨ ਆਪਣੇ ਮਜ਼ਦੂਰਾਂ ਆਪਣੀ ਲੇਬਰ ਆਪਣੇ ਠੇਕੇਦਾਰਾਂ ਦੇ ਨਾਲ ਮਾਨਿਟ੍ਰਿੰਗ ਇਨਸੈਂਟਿਵਸ ਦੇ ਉੱਤੇ ਕੰਮ ਕਰ ਰਹੇ ਸਨ ਤੇ ਇਸ ਦੇ ਨਾਲ ਦੱਸਿਆ ਇਹ ਵੀ ਜਾਂਦਾ ਵੀ ਬਾਬਾ ਸੰਤਾ ਸਿੰਘ ਉਹਨਾਂ ਨੂੰ ਵੀ ਇੱਕ ਮੋਟੀ ਰਾਸ਼ੀ ਜੋ ਕਿ ਕੁਝ ਜਿਹੜੇ ਆਥਰਸ ਹੈਗੇ ਨੇ ਜੋ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ ਜਾਂ ਜੋ ਵੀ ਉਹਨਾਂ ਦੇ ਐਕਸਰਪਟਸ ਆਏ ਹੈਗੇ ਨੇ ਉਹਨਾਂ ਵੱਲੋਂ ਦੱਸਿਆ ਜਾਂਦਾ ਵੀ ਹਰ ਰੋਜ਼ ਰੋਜ਼ਾਨਾ 1 ਲੱਖ ਰੁਪਿਆ ਬਾਬਾ ਸੰਤਾ ਸਿੰਘ ਹੋਣਾ ਤੇ ਉਹਨਾਂ ਨੂੰ ਆਪਣੇ ਸਮਰਥਕਾਂ ਜਾਂ ਉਹਨਾਂ ਦੇ ਉਹ ਲੋਕ ਜੋ ਕਿ ਕਾਰ ਸੇਵਾ ਦੇ ਵਿੱਚ ਹਿੱਸਾ ਪਾ ਰਹੇ ਸਨ ਹਿੱਸਾ ਉਹ ਲੋਕ ਨਹੀਂ ਪਾ ਰਹੇ ਸਨ ਲੇਕਿਨ ਉਹ ਨਿਹੰਗ ਸਿੰਘ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਮੌਜੂਦ ਸਨ ਉਹ ਇੱਕ ਸਿੰਬਲ ਸਨ ਉਹ ਇੱਕ ਚਿਹਰਾ ਸਨ ਲੇਕਿਨ ਅੰਦਰਲੇ ਖਾਤੇ ਜਿਹੜੀ ਕਾਰ ਸੇਵਾ ਸੀ ਉਹ ਕੰਟਰੈਕਟਰਾਂ ਜਾਂ ਠੇਕੇਦਾਰਾਂ ਤੋਂ ਕਰਵਾਈ ਜਾ ਰਹੀ ਸੀ ਸੋ ਇਹ ਸਿੱਖ ਮਰਿਆਦਾ ਦੇ ਖਿਲਾਫ ਵੀ ਸੀ ਸਿੱਖ ਕਦਰਾਂ ਕੀਮਤਾਂ ਦੇ ਖਿਲਾਫ ਵੀ ਸੀ ਇਸੇ ਦਾ ਜਿਹੜਾ ਵਿਰੋਧ ਹੈ ਉਹ ਜੇਲ੍ਹ ਦੇ ਅੰਦਰ ਤੇ ਜੇਲ੍ਹ ਦੇ ਬਾਹਰੋਂ ਲਗਾਤਾਰ ਅਕਾਲੀ ਦਲ ਦੀ ਜਾਂ ਐਸਜੀਪੀਸੀ ਦੀ ਜਿਹੜੀ ਨੁਮਾਇੰਦਾ ਜਮਾਤਾਂ ਸੀਗੀਆਂ ਉਹਨਾਂ ਦੀ ਲੀਡਰਸ਼ਿਪ ਕਰਦੀ ਰਹੀ ਤੇ ਇਸ ਚੀਜ਼ ਦਾ ਬਹੁਤ ਜ਼ਿਆਦਾ ਵਿਰੋਧ ਵੀ ਹੁੰਦਾ ਰਿਹਾ ਸਤੰਬਰ ਆਂਦੇ ਆਂਦੇ ਜਿਹੜਾ ਬਹੁਤ ਵੱਡੇ ਪੱਧਰ ਦਾ ਗਤੀਰੋਧ ਸੀ ਇਸ ਕਰ ਸੇਵਤਾ ਜਿਸ ਨੇ ਕਿ ਹੁਣ ਅਕਾਲ ਤਖਤ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਉਸ ਨੂੰ ਖੜਾ ਕਰਤਾ ਸੀਗਾ ਉਹ ਬਿਲਡਿੰਗ ਦੁਬਾਰਾ ਤੋਂ ਉਸਾਰੀ ਜਾ ਚੁੱਕੀ ਸੀ ਇਸ ਦਾ ਵਿਰੋਧ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋ ਰਿਹਾ ਸੀ ਤੇ ਇਸ ਕਿਸਮ ਦੀ ਗੱਲਾਂ ਬਾਤਾਂ ਉੱਠਣੀਆਂ ਸੋ ਮਸਾ ਵੀ ਉਸ ਵਕ ਜਿਹੜੇ ਕਾਂਗਰਸ ਦੇ ਹੀ ਮੈਂਬਰ ਪਾਰਲੀਮੈਂਟ ਰਹੇ ਯਾਨੀ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਕਿ ਪਾਰਲੀਮੈਂਟ ਦੇ ਵਿੱਚੋਂ ਇਸਤੀਫਾ ਵੀ ਦਿੱਤਾ ਸੀਗਾ ਉਹਨਾਂ ਵੱਲੋਂ ਇਸ ਤਰੀਕੇ ਦੇ ਬਿਆਨ ਸੁਣਨ ਵਿੱਚ ਮਿਲੇ ਵੀ ਜੇ ਮੌਕਾ ਮਿਲਦਾ ਹੈ ਤੇ ਜੇ ਸੰਗਤਾਂ ਦਾ ਇਹ ਫੈਸਲਾ ਹੁੰਦਾ ਹੈ ਤਾਂ ਉਸ ਹਾਲਾਤ ਦੇ ਵਿੱਚ ਇਹ ਜਿਹੜੀ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਹੈ ਜਿਹੜੀ ਕਿ ਦੁਬਾਰਾ ਸਰਕਾਰ ਵੱਲੋਂ ਸਰਕਾਰੀ ਸੇਵਾ ਦੇ ਤਹਿਤ ਦੋਸਾਰੀ ਗਈ ਹੈ ਉਸ ਨੂੰ ਟਾਕੇ ਨਵੀਂ ਜਿਹੜੀ ਬਿਲਡਿੰਗ ਹੈ ਉਹ ਬਣਾਈ ਜਾਏਗੀ ਤੇ ਸਭ ਤੋਂ ਪਹਿਲਾਂ ਇਸ ਨੂੰ ਢਾਣ ਦਾ ਕੰਮ ਉਹ ਖੁਦ ਕਰਨਗੇ ਸੋ ਇਸ ਕਿਸਮ ਦੇ ਬਿਆਨ ਨਾ ਸਿਰਫ ਅਮ ਅਕਾਲੀ ਲੀਡਰਸ਼ਿਪ ਸੀ ਜਿਸ ਵਿੱਚੋਂ ਉੱਠ ਰਹੇ ਸਨ ਇਹਨਾਂ ਹਾਲਾਤਾਂ ਦੇ ਵਿੱਚ ਹੀ ਇੱਕ ਵਰਲਡ ਸਿੱਖ ਕਨਵੈਨਸ਼ਨ ਹੈ ਉਸ ਨੂੰ ਸੱਦਿਆ ਗਿਆ ਜੋ ਕਿ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਵਿੱਚ ਸੱਦੀ ਗਈ ਸੀ ਹਾਲਾਂਕਿ ਸਰਕਾਰ ਵੱਲੋਂ ਇਸ ਉੱਤੇ ਇੱਕ ਬੈਨ ਮਕਮਲ ਲਾਤਾ ਗਿਆ ਸੀਗਾ ਲੇਕਿਨ ਇਹ ਕਨਵੈਨਸ਼ਨ ਫੇਰ ਵੀ ਹੋਈ ਤੇ ਲੱਖਾਂ ਦੀ ਤਾਦਾਦ ਵਿੱਚ ਜਿਹੜੇ ਲੋਕ ਸਨ ਸੰਗਤਾਂ ਸਨ ਇਸ ਕਨਵੈਨਸ਼ਨ ਦੇ ਵਿੱਚ ਜੁਟੀਆਂ ਤੇ ਇਸ ਕਨਵੈਨਸ਼ਨ ਦੇ ਵਿੱਚ ਇੱਕ ਜਿਹੜੀ ਡੈਡਲਾਈਨ ਹੈ ਉਹ ਦਿੱਤੀ ਗਈ 1 ਅਕਤੂਬਰ ਦੀ ਇਕ एक ਅਕਤੂਬਰ 1984 ਨੂੰ ਇੱਕ ਐਲਾਨ ਕਰਤਾ ਗਿਆ ਵੀ ਉਸ ਦਿਨ ਕੂਚ ਕੀਤਾ ਜਾਏਗਾ ਉਸ ਦਿਨ ਇੱਕ ਮਾਰਚ ਵਿੱਡਾ ਜਾਏਗਾ ਜੋ ਕਿ ਅਕਾਲ ਤਖਤ ਵੱਲ ਜਾਏਗਾ ਦਰਬਾਰ ਸਾਹਿਬ ਕੰਪਲੈਕਸ ਵੱਲ ਜਾਏਗਾ ਤੇ ਉਸ ਮਾਰਚ ਦਾ ਜਿਹੜਾ ਮਨੋਰਥ ਸੀ ਉਹ ਸਰਕਾਰ ਦੀ ਇਸ ਕਾਰ ਸੇਵਾ ਜਾਂ ਸਰਕਾਰ ਸੇਵਾ ਜਿਹੜੀ ਕੀਤੀ ਗਈ ਸੀ ਉਸ ਦਾ ਵਿਰੋਧ ਕਰਨਾ ਵੀ ਸੀ ਸੋ ਇੱਕ ਤਰੀਕੇ ਨਾਲ ਜਿਹੜਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਮਿਲਟਰੀ ਦੀ ਜਾਂ ਫੌਜ ਦੀ ਜਿਹੜੀ ਪ੍ਰੈਜ਼ੈਂਸੀ ਸੀ ਉਹ ਖਲ ਰਹੀ ਖਲਦੀ ਪਈ ਸੀ ਸਿੱਖ ਸੰਗਤਾਂ ਨੂੰ ਜਿਸ ਤੋਂ ਕਿ ਅਰਮੀ ਤੋਂ ਮੁਕਤ ਕਰਵਾਇਆ ਜਾਣਾ ਇੱਕ ਬਹੁਤ ਅਹਿਮ ਇੱਕ ਟਾਰਗੇਟ ਸੀਗਾ ਇਸ ਐਲਾਨ ਦਾ ਦੂਸਰੇ ਪਾਸੇ ਜਿਹੜੀ ਕਾਰ ਸੇਵਾ ਜਿਸ ਦੇ ਤਹਿਤ ਕੀ ਮੋੜੋ ਸਾਰੀ ਕਰਤੀ ਗਈ ਸੀ ਲੇਕਿਨ 1 ਅਕਤੂਬਰ ਤੋਂ ਠੀਕ 3 ਦਿਨ ਪਹਿਲਾਂ 29 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਦਾ ਪੂਰਾ ਕੰਟਰੋਲ ਜਿਹੜਾ ਹੈ ਉਸ ਨੂੰ ਮੁੜ ਵਾਪਸ SGPC ਨੂੰ ਸੌਂਪਤਾ ਗਿਆ ਸੋ ਉਹ ਜਿਹੜੀ ਸਿਚੁਏਸ਼ਨ ਸੀ 1 ਅਕਤੂਬਰ ਦੇ ਮਾਰਚ ਵਾਲੀ ਉਸ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਤੇ ਪੰਜਾਬ ਦੇ ਵਿੱਚ ਜਿਹੜੀਆਂ ਏਜੰਸੀਆਂ ਆ ਫੌਜ ਤੇ ਨਾਸੀ ਉਸ ਨੂੰ ਸਮਝ ਆ ਚੁੱਕਾ ਸੀ ਵੀ 1 ਅਕਤੂਬਰ ਨੂੰ ਇੱਕ ਹੋਰ ਹਾਲਾਤ ਖਰਾਬ ਕਰ ਦੇਣ ਵਾਲੀ ਸਥਿਤੀ ਸਾਹਮਣੇ ਆ ਸਕਦੀ ਹੈ ਉਹਨਾਂ ਹਾਲਾਤਾਂ ਦੇ ਵਿੱਚ ਕੰਟਰੋਲ ਜਿਹੜਾ ਸੀ ਦਰਬਾਰ ਸਾਹਿਬ ਕੰਪਲੈਕਸ ਦਾ 1 ਅਕਤੂਬਰ 1984 ਨੂੰ SGPC ਦੇ ਹੱਥ ਵਿੱਚ ਵਾਪਸ ਆ ਜਾਂਦਾ ਹੈ ਫੌਜ ਉੱਥੋਂ ਹਟਾ ਲਈ ਜਾਂਦੀ ਹੈ ਲੇਕਿਨ ਇਸ ਤੋਂ ਬਾਅਦ ਦੇ ਕੁਝ ਮਹੀਨੇ ਬੜੇ ਦਿਲਚਸਪ ਸਨ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ SGPC ਦਾ ਇੱਕ ਕਲੈਕਸ਼ਨ ਸਾਹਮਣੇ ਆ ਰਿਹਾ ਸੀ ਇਸੇ ਦੌਰਾਨ ਇਹ ਵੀ ਤੁਹਾਨੂੰ ਦੱਸ ਦਈਏ ਵੀ ਅਗਲੇ ਸਾਲ 1985 ਤੇ 86 ਦੇ ਵਿੱਚ ਮੈਂ ਪਹਿਲਾਂ ਆਪਣੇ ਵੀਡੀਓ ਤੇ ਵੀ ਜ਼ਿਕਰ ਕੀਤਾ ਹੈ ਰਜੀਵ ਲੋਂਗੋਵਾਲ ਐਕੋਰਡ ਸੀ ਜਿਸ ਦੇ ਤਹਿਤ ਕਿ 26 ਜਨਵਰੀ 1986 ਨੂੰ ਚੰਡੀਗੜ੍ਹ ਨੂੰ ਪੰਜਾਬ ਨੂੰ ਦਿੱਤਾ ਜਾਣਾ ਸੀਗਾ ਸੋ ਇੱਕ ਇੰਪੋਰਟੈਂਟ ਡੈਡਲਾਈਨ ਸੀ ਤੇ 1985 ਤੇ 86 ਦੇ ਵਿੱਚ ਐਸਜੀਪੀਸੀ ਦੇ ਹੋਣ ਵਾਲੇ ਚੋਣ ਉਸ ਤੋਂ ਪਹਿਲਾਂ ਗੁਰਚਰਨ ਸਿੰਘ ਟੋੜਾ ਜੋ ਕਿ ਐਸਜੀਪੀਸੀ ਦੇ ਪ੍ਰਧਾਨ ਵੀ ਸਨ ਉਹ ਜੇਲ੍ਹ ਚੋਂ ਬਾਹਰ ਵੀ ਆ ਜਾਂਦੇ ਹੈਗੇ ਨੇ ਤੇ ਉਹਨਾਂ ਵੱਲੋਂ 1985 ਦੇ ਸਾਲ ਦੇ ਵਿੱਚ ਇੱਕ ਐਲਾਨ ਕਰਤਾ ਜਾਂਦਾ ਹੈ ਵੈਸਾਖੀ ਦੇ ਮੌਕੇ ਤੇ ਇੱਕ ਪੂਰੀ ਕਨਵੈਨਸ਼ਨ ਬੁਲਾਈ ਜਾਂਦੀ ਹੈ ਜਿਸ ਵਿੱਚ ਕੀ ਕਈ ਜੜੀਆਂ ਮੰਗਾਂ ਸਾਹਮਣੇ ਰੱਖੀਆਂ ਜਾਂਦੀਆਂ ਜਿਸ ਵਿੱਚ ਕੀ ਇੱਕ ਅਹਿਮ ਮੰਗੇ ਹੁੰਦੀ ਹੈ ਵਿਛਲੀ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਕੰਪਲੈਕਸ ਹੈ ਉਹਦੇ ਵਿੱਚ ਅਕਾਲ ਸਤ ਜੀ ਸਾਹਿਬ ਦੀ ਬਿਲਡਿੰਗ ਦੀ ਜਿਹੜੀ ਸਰਕਾਰੀ ਸੇਵਾ ਦੇ ਤਹਿਤ ਮੁੜ ਸਾਰੀ ਕੀਤੀ ਗਈ ਹੈ ਉਸ ਤੋਂ ਬਾਅਦ ਉਸ ਨੂੰ ਦੁਬਾਰਾ ਟਾ ਕੇ ਇੱਕ ਨਵੇਂ ਪੱਧਰ ਦੀ ਕਾਰ ਸੇਵਾ ਕੀਤੀ ਜਾਵੇ ਤੇ ਉਸ ਦੇ ਵਿੱਚ ਇੱਕ ਨਵੀਂ ਜਿਹੜੀ ਬਿਲਡਿੰਗ ਹੈ ਜੋ ਕਿ ਸਿੱਖ ਸੰਗਤਾਂ ਵੱਲੋਂ ਉਸਾਰੀ ਜਾਏ ਨਾ ਕਿ ਉਹਨਾਂ ਸਰਕਾਰੀ ठेकेदारों ਵੱਲੋਂ ਜਿਨ੍ਹਾਂ ਨੇ ਕੀ ਪਹਿਲਾਂ ਹੀ ਡੇਢ ਮਹੀਨੇ ਦੇ ਵਿੱਚ ਵਿੱਚ ਸੀ ਕਾਲਕਤਾ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਉਸ ਨੂੰ ਕੰਪਲੀਟ ਕਰ ਲਿਆ ਸੀ ਸੋ ਇਸੇ ਤਹਿਤ 1985 ਦਾ ਸਾਲ ਜੋ ਕਿ ਕਾਫੀ ਅਹਿਮ ਸਾਲ ਸੀ ਇਸ ਵਿੱਚ ਸੰਤ ਲੋਂਗੋਵਾਲ ਦੀ ਮੌਤ ਵੀ ਹੁੰਦੀ ਹੈ ਉਹਨਾਂ ਨੂੰ ਗੋਲੀ ਮਾਰਤੀ ਜਾਂਦੀ ਹੈ ਰਜੀਵ ਲੋਂਗੋਵਾਲ ਐਕੋਰਡ ਇਸ ਸਾਲ ਦੇ ਵਿੱਚ ਫੇਲ ਹੁੰਦਾ ਸੀ ਵੇਖਿਆ 26 ਜਨਵਰੀ 1986 ਉਹ ਦਿਨ ਜਿਸ ਦਿਨ ਕੀ ਚੰਡੀਗੜ੍ਹ ਨੂੰ ਪੰਜਾਬ ਨੂੰ ਦਿੱਤਾ ਜਾਣਾ ਹੁੰਦਾ ਹੈ ਲੇਕਿਨ ਇਹ ਚੀਜ਼ ਇਹ ਡੈਡਲਾਈਨ ਮੁੱਕ ਚੁੱਕੀ ਹੁੰਦੀ ਹੈ ਸਰਕਾਰ ਦੇ ਜਿਹੜੇ ਸਾਰੇ ਜਿਹੜੇ ਵਾਅਦੇ ਹੁੰਦੇ ਹੈਗੇ ਨੇ ਰਜੀਵ ਲੋਂਗੋਵਾਲ ਐਕੋਰਡ ਦੇ ਉਹ ਫੇਲ ਹੋ ਚੁੱਕੇ ਹੁੰਦੇ ਨੇ ਇਲਾਨ ਕਰਤਾ ਜਾਂਦਾ ਹੈ ਇਲਾਨ ਤਾਂ ਖैर ਪਹਿਲਾਂ ਹੀ ਕੀਤਾ ਜਾ ਚੁੱਕਾ ਹੁੰਦਾ ਹੈ ਲੇਕਿਨ 26 ਜਨਵਰੀ ਨੂੰ 1986 ਨੂੰ ਇੱਕ ਵਾਰ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੀ ਮੋੜ ਉਸਾਰੀ ਲਈ ਕਾਰ ਸੇਵਾ ਨੂੰ ਆਰੰਭੇ ਜਾਣ ਦਾ ਐਲਾਨ ਕੀਤਾ ਜਾਂਦਾ ਹੈ ਕੁਝ ਐਸੇ ਟੈਂਪਰਰੀ ਸਟਰਕਚਰ ਜਿਹੜੇ ਤੋੜਤੇ ਜਾਂਦੇ ਨੇ ਉੱਥੇ ਤੇ ਉਸ ਤੋਂ ਬਾਅਦ ਕੁਝ ਹਫ਼ਤੇ ਬਾਅਦ ਫਰਵਰੀ ਦੇ ਵਿੱਚ ਦੁਬਾਰਾ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਯਾਨੀ ਕਿ ਸਰਕਾਰ ਵੱਲੋਂ ਬਣਾਈ ਗਈ ਬਿਲਡਿੰਗ ਨੂੰ ਤੋੜਨਾ ਤੇ ਉਸ ਨੂੰ ਦੁਬਾਰਾ ਨਵੇਂ ਸਿਰੇ ਤੋਂ ਇੱਕ ਬਿਲਡਿੰਗ ਦੇ ਰੂਪ ਵਿੱਚ ਬਣਾਉਣਾ ਉਸ ਦਾ ਕੰਮ ਸ਼ੁਰੂ ਹੁੰਦਾ ਹੈ ਸੋ ਫਰਵਰੀ 1986 ਦੇ ਵਿੱਚ ਕੰਮ ਸ਼ੁਰੂ ਹੁੰਦਾ ਹੈ ਤੇ ਆਉਣ ਵਾਲੇ ਜਿਹੜੀ ਬਿਲਡਿੰਗ ਹੈ ਉਸ ਨੂੰ ਦੁਬਾਰਾ ਨਵੇਂ ਸਿਰੇ ਤੋਂ ਵਿਕਸਿਤ ਕੀਤਾ ਜਾਂਦਾ ਹੈ ਲੌਜੀਕ ਇਹਦੇ ਪਿੱਛੇ ਸਿਰਫ ਇਹ ਹੁੰਦਾ ਹੈ ਕਿ ਜਿਹੜੀ ਵੀ ਕਾਰ ਸੇਵਾ ਹੁੰਦੀ ਹੈ ਉਹ ਇੱਕ ਸ਼ਰਧਾ ਦੇ ਭਾਵ ਦੇ ਨਾਲ ਹੋਣੀ ਚਾਹੀਦੀ ਹੈ ਸਿੱਖ ਸੰਗਤਾਂ ਤੇ ਉਸ ਦੇ ਵਿੱਚ ਪੰਥ ਦੇ ਜਿਹੜੇ ਹਿਤੈਸ਼ੀ ਲੋਕ ਹੈਗੇ ਨੇ ਉਹਨਾਂ ਦਾ ਜਿਹੜਾ ਯੋਗਦਾਨ ਹੈ ਉਹ ਪੂਰਾ ਮੁਕੰਮਲ ਹੋਣਾ ਚਾਹੀਦਾ ਹੈ ਕਿਸੇ ਵੀ ਤਰੀਕੇ ਨਾਲ ਇੱਕ ਮਰਸਨਰੀ ਸਪਿਰਿਟ ਜਾਂ ਇੱਕ ਠੇਕੇਦਾਰਾਂ ਦੇ ਇਧਰ ਇਹ ਉਹਦੇ ਲੇਬਰ ਜਾਂ ਪੈਸੇ ਨਾਲ ਪੈਸੇ ਦੇਖੇ ਕੰਟਰੈਕਟਾਂ ਦੇ ਥਰੀਏ ਜ਼ਰੀਏ ਬਿਲਡਿੰਗਾਂ ਦੀ ਉਸਾਰੀਆਂ ਜਾਂ ਸ੍ਰੀ ਕਾਲ ਤੱਕ ਦੀ ਉਸਾਰੀ ਕਟੋ-ਕਟ ਨਹੀਂ ਹੋ ਸਕਦੀ ਉਹ ਵੀ ਕਾਰ ਸੇਵਾ ਦੇ ਨਾਂ ਉਤੇ ਸੋ ਇਸ ਲੌਜੀਕ ਦੇ ਤਹਿਤ ਤਕਾਲ ਤੱਕ ਸਾਡੀ ਬਿਲਡਿੰਗ ਨੂੰ 1986 ਦੇ ਵਿੱਚ ਦੁਬਾਰਾ ਤੋਂ ਟਾਇਆ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ ਦੁਬਾਰਾ ਬਣਾਇਆ ਜਾਂਦਾ ਹੈ ਲੇਕਿਨ ਇਸ ਜਿਹੜੀ ਦੁਬਾਰਾ ਮਿਲਟੈਂਟ ਇਹਨੂੰ ਕਿਹਾ ਜਾਂਦਾ ਹੈ ਕਿਉਂਕਿ ਹਾਲਾਂਕਿ ਇਹਦੇ ਪਿੱਛੇ ਐਸਜੀਪੀਸੀ ਦਾ ਸਮਰਥਨ ਸੀ ਗੁਰਚਰਨ ਸਿੰਘ ਟੋੜਾ ਹੋਣਾ ਵੱਲੋਂ ਵੀ ਇੱਕ ਵਾਰ ਐਸਜੀਪੀਸੀ ਵੱਲੋਂ ਬਕਾਇਦਾ ਦਿੱਤੀ ਗਈ ਸੀ ਲੇਕਿਨ ਖਾੜਕੂ ਜਥੇਬੰਦੀਆਂ ਸਟੂਡੈਂਟ ਫੈਡਰੇਸ਼ਨ ਵਰਗੀਆਂ ਜਥੇਬੰਦੀਆਂ ਮੁੱਖ ਤੌਰ ਤੇ ਮੂਰੀ ਤੌਰ ਤੇ ਸਾਹਮਣੇ ਸਨ ਉਹਨਾਂ ਵੱਲੋਂ ਅਕਾਲ ਤਖਤ ਸਾਹਿਬ ਦੀ ਜਿਹੜੀ ਬਿਲਡਿੰਗ ਨੂੰ ਦੁਬਾਰਾ ਜਿਹੜੀ ਢਾਂ ਦੀ ਜਿਹੜੀ ਪੂਰੀ ਗਤੀਵਿਧੀ ਹੈ ਉਸ ਨੂੰ 1986 ਦੇ ਵਿੱਚ ਮੂਰੇ ਹੋ ਕੇ ਅੰਜਾਮ ਦਿੱਤਾ ਗਿਆ ਉਹਨਾਂ ਵੱਲੋਂ ਜਦੋਂ ਦੁਬਾਰਾ ਬਿਲਡਿੰਗ ਢਾਈ ਜਾਂਦੀ ਹੈ ਉਸ ਦੇ ਵਿੱਚ ਕੁਝ ਬੇਸ਼ਕੀਮਤੀ ਜੜੀਆਂ ਤਰੋਰਾ ਹੈਗੀਆਂ ਨੇ ਜਾਂ ਨਕਾਸ਼ੀ ਦਾ ਕੰਮ ਹੁੰਦਾ ਹੈ ਫਰੈਸਕੋਸ ਬਹੁਤ ਅੱਛੀਆਂ ਸ਼ਾਨਦਾਰ ਪੇਂਟਿੰਗਸ ਜੋ ਕਿ ਬਹੁਤ ਹੀ ਨਾਇਆਬ ਤਰੀਕੇ ਨਾਲ ਜਿਹੜੇ ਕਾਰੀਗਰ ਰਹੇ ਹੁੰਦੇ ਨੇ ਪੁਰਾਣੇ ਜ਼ਮਾਨਾ ਦੇ ਵਿੱਚ ਜਦੋਂ ਇਹ ਬਿਲਡਿੰਗਾਂ ਦੀ ਉਹ ਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਜਾਂ ਉਹਨਾਂ ਤੋਂ ਵੀ ਪਹਿਲੇ ਸਮੇਂ ਤੋਂ ਹੁੰਦੀ ਆ ਰਹੀ ਹੁੰਦੀ ਹੈ ਇਹਦਾ ਜ਼ਿਕਰ ਗੈਨੀ ਮੋਹਿੰਦਰ ਸਿੰਘ ਕਰਦੇ ਨੇ ਜੋ ਕਿ ਸਾਬਕਾ ਸਕਤਰ ਹੈਗੇ ਨੇ ਐਸਜੀਪੀਸੀ ਦੇ ਆਖਰੀ ਮੌਕੇ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਅਕਾਲ ਤਖਤ ਸਾਹਿਬ ਦੇ ਬੇਸ ਜੋ ਕਿ ਥਰੜਾ ਬੇਸ ਸੀ ਜੋ ਜਿਸ ਨੂੰ ਕਿ ਢਾਏ ਜਾਣ ਦੀ ਬਿਲਕੁਲ ਲੋੜ ਨਹੀਂ ਸੀ ਲੇਕਿਨ 1986 ਦੇ ਬਾਅਦ ਈਵਨ ਫੌਜ ਦੇ ਹਮਲੇ ਦੇ ਵਿੱਚ ਵੀ ਉਹ 84 ਤੋਂ ਬਾਅਦ ਉਹ ਨਹੀਂ ਸੀ ਟਿਆ ਲੇਕਿਨ ਬਾਅਦ ਦੇ ਵਿੱਚ ਜਿਹੜੇ ਵੀ ਖਾਲਕੂ ਤੋੜਫੋੜ ਕਰ ਰਹੇ ਸਨ ਉਹਨਾਂ ਨੇ ਉਸ ਨੂੰ ਵੀ ਢਾਉਣ ਦੀ ਕੋਸ਼ਿਸ਼ ਕੀਤੀ ਬਾਅਦ ਦੇ ਵਿੱਚ ਉਹਨਾਂ ਨੇ ਜਥੇਦਾਰ ਜਿਹੜੇ ਐਕਟਿੰਗ ਜਥੇਦਾਰ ਉਸ ਵਕਤ ਅਕਾਲ ਤਖਤ ਦੇ ਸਨ ਗੁਰਦੇਵ ਸਿੰਘ ਕੌਂਕੇ ਬਾਅਦ ਦੇ ਵਿੱਚ ਇਹਨਾਂ ਦਾ ਇੱਕ ਝੂਠਾ ਫਰਜੀ ਮੁਕਾਬਲਾ ਕਰਕੇ ਐਨਕਾਊਂਟਰ ਦੇ ਵਿੱਚ ਉਹਨਾਂ ਨੂੰ ਜਗਰਾਉਂ ਦੇ ਉਹਨਾਂ ਦੇ ਵਿੱਚ ਪਵਾ ਕੇ ਉਹ ਚੀਜ਼ ਰੁਕਵਾਈ ਸੋ ਇਸ ਕਿਸਮ ਦੀ ਤੋੜਪੋੜ ਜੋ ਕਿ ਇੱਕ ਬਿਲਕੁਲ ਮੈਡਨੈਸ ਦੇ ਆਲਮ ਦੇ ਵਿੱਚ ਵੀ ਹੋਈ ਬਹੁਤ ਸਾਰਾ ਐਸਾ ਨੁਕਸਾਨ ਵੀ ਹੋ ਗਿਆ ਉਹ ਚੀਜ਼ਾਂ ਜੋ ਕਿ ਫੌਜ ਨੇ ਜਿਨ੍ਹਾਂ ਨੂੰ ਨੁਕਸਾਨ ਨਹੀਂ ਕੀਤਾ ਸੀ ਤੋੜਪੋੜ ਜਿਹੜੀ ਫੌਜ ਵੱਲੋਂ ਨਹੀਂ ਹੋਈ ਸੀ ਉਹ ਗੋਲਾਬਾਰੀ ਦੇ ਵਿੱਚ ਨਹੀਂ ਹੋਈ ਸੀ ਜੋ ਕਿ 1984 ਦੇ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਹੋਈ ਸੀ 1986 ਦੇ ਵਿੱਚ ਕਰਤੀ ਗਈ ਹਾਲਾਂਕਿ ਸਿਧਾਂਤ ਦੇ ਪੱਖੋਂ ਗੱਲਬਾਤ ਠੀਕ ਹੋ ਰਹੀ ਸੀ ਲੇਕਿਨ ਬਹੁਤ ਸੀ ਚੀਜ਼ਾਂ ਦੀ ਸਮਝ ਹੀ ਨਹੀਂ ਸੀ ਬਹੁਤ ਸੀ ਚੀਜ਼ਾਂ ਦੀ ਜਿਹੜੀ ਵੈਲਿਊ ਸੀ ਉਸ ਦੀ ਜਿਹੜੀ ਕੀ ਕੀਮਤ ਹੈ ਇਸੀ ਦਾ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਵਿਰਸੇ ਦੇ ਪੱਖੋਂ ਵਿਰਾਸਤ ਦੇ ਪੱਖੋਂ ਕਿੰਨੀ ਅਮੀਰ ਇਹ ਵਿਰਾਸਤ ਸੀ ਉਸੀ ਦਾ ਅੰਦਾਜ਼ਾ ਉਹ ਲੋਕਾਂ ਨੂੰ ਨਹੀਂ ਸੀ ਜੋ ਕਿ ਇਸ ਕਾਰ ਸੇਵਾ ਦੇ ਨਾਂ ਦੇ ਉੱਤੇ ਇਹ ਦੁਬਾਰਾ ਇਸ ਉਸਾਰੀ ਦੇ ਨਾਂ ਦੇ ਉੱਤੇ ਇਸ ਬਿਲਡਿੰਗ ਨੂੰ ਢਾ ਰਹੇ ਸਨ ਜਿਸ ਤੋਂ ਬਾਅਦ ਕਿਸ ਨੂੰ ਦੁਬਾਰਾ ਬਣਾਇਆ ਜਾਣਾ ਸੀ ਸੋ ਅਕਾਲ ਤਖਤ ਸਾਹਿਬ ਦੀ ਇਸ ਬਿਲਡਿੰਗ ਨੂੰ ਦੁਬਾਰਾ ਮੁਰੰ ਸੁਰਜੀਤ ਕੀਤਾ ਗਿਆ ਦੁਬਾਰਾ ਉਸਾਰਿਆ ਗਿਆ ਹਾਲਾਂਕਿ ਜਿਹੜੀ ਮਰਿਆਦਾ ਦੀ ਪੂਰਨ ਰੂਪ ਨਾਲ ਜਿਹੜੀ ਬਹਾਲੀ ਹੈ 1990 ਦੇ ਦਹਾਕੇ ਦੇ ਵਿੱਚ ਦੱਸੀ ਜਾਂਦੀ ਹੈ 96 97 ਦੇ ਵੀ ਜਦੋਂ ਭਾਈ ਰਣਜੀਤ ਸਿੰਘ ਅਕਾਲ ਸਖਤ ਸਾਹਿਬ ਦੇ ਜਥੇਦਾਰ ਬਣੇ ਉਸ ਵਕਤ ਜਿਹੜੀ ਮਰਿਆਦਾ ਦੀ ਭਾਲੀ ਹੋਈ ਲੇਕਿਨ ਬਿਲਡਿੰਗ ਦੀ ਜਿਹੜੀ ਦੁਬਾਰਾ ਸਾਰੀ ਸੀ ਉਸ ਨੂੰ ਕਰਨ ਨੂੰ ਕੁਝ ਸਾਲ ਲੱਗੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਨੂੰ ਦੁਬਾਰਾ 1986 ਦੇ ਵਿੱਚ ਟਾਕੇ ਬਣਾਇਆ ਗਿਆ ਸੋ ਇੱਕ ਬਹੁਤ ਵੱਡੀ ਕਹਾਣੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਪਾਸੇ ਭਾਰਤੀ ਫੌਜ ਦੇ ਗੋਲਿਆਂ ਨੇ ਭਾਰਤੀ ਫੌਜ ਦੇ ਬਾਰੂਦ ਤੋਪਾਂ ਟੈਂਕਾਂ ਨੇ ਟਾਇਆ ਤੇ ਦੂਸਰੀ ਵਾਰ ਕੁਝ ਸਾਲ ਬਾਅਦ ਜਦੋਂ ਅਕਾਲ ਤਖਤ ਸਾਹਿਬ ਦੇ ਫਸਾੜ ਤੇ ਬਿਲਡਿੰਗ ਨੂੰ ਦੁਬਾਰਾ ਬਣਾਇਆ ਜਾ ਚੁੱਕਾ ਸੀ ਉਸ ਤੋਂ ਬਾਅਦ ਖੜਕੂਆਂ ਵੱਲੋਂ ਤੇ ਉਹ ਸੰਗਤਾਂ ਵੱਲੋਂ ਜੋ ਕਿ ਮਹਿਸੂਸ ਕਰਦੀਆਂ ਸਨ ਵੀ ਜਿਹੜੀ ਵੀ ਸਾਰੀ ਹੋਈ ਹੈ ਉਹ ਠੀਕ ਨਹੀਂ ਹੈ ਉਹ ਮर्यादा ਦੇ ਤਹਿਤ ਨਹੀਂ ਹੈ ਉਸ ਕਾਰ ਸੇਵਾ ਦੀ ਭਾਵਨਾ ਦੇ ਤਹਿਤ ਨਹੀਂ ਹੈ ਉਹਨਾਂ ਵੱਲੋਂ ਦੁਬਾਰਾ ਟਾਕੇ ਉਸ ਨੂੰ ਬਣਾਇਆ ਗਿਆ ਸੋ ਇੱਕ ਬਹੁਤ ਹੀ ਵੱਖਰੇ ਕਿਸਮ ਦਾ ਹੈ ਵਾਕਿਆ ਸੀ ਜਿਸ ਦੇ ਬਾਰੇ ਬਹੁਤ ਘਟਬਾਤ ਚਰਚਾ ਗੱਲ ਸੁਣਨ ਨੂੰ ਸਮਝਣ ਨੂੰ ਮਿਲਦੀ ਹੈ ਲੇਕਿਨ ਕਈ ਇਸ ਕਿਰਦਾਰ ਸਨ ਜੋ ਕਿ ਸਰਕਾਰ ਦੇ ਹੱਥ ਠੋਕੇ ਬਣ ਕੇ ਬਾਬਾ ਸੰਤਾ ਸਿੰਘ ਵਰਗੇ ਜਿਨ੍ਹਾਂ ਨੇ ਕੰਮ ਕੀਤਾ ਤੇ ਦੂਸਰੇ ਪਾਸੇ ਬਾਬਾ ਖੜਕ ਸਿੰਘ ਵਰਗੇ ਉਹ ਕਿਰਦਾਰ ਤੇ ਉਹ ਸ਼ਖਸੀਅਤਾਂ ਸਨ ਜਿਨ੍ਹਾਂ ਨੇ ਕਿ तमाम कोशिशਾਂ ਦੇ باوجود ਵੀ ਆਪਣੇ اصولਾਂ ਤੇ ਪੱਕੇ ਰਹੇ ਤੇ ਉਹਨਾਂ ਨੇ ਸਰਕਾਰੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਣ ਤੋਂ ਸਾਫ਼ ਇਨਕਾਰ ਕਰਤਾ ਬੂਟਾ ਸਿੰਘ ਹੋਮ ਮਿਨਿਸਟਰ ਸਨ 1984 ਤੋਂ ਬਾਅਦ ਇਸ ਪੂਰੇ ਕੰਮਕਾਜ ਦੇ ਵਿੱਚ ਅਖੀਰੀ ਜਿਹੜਾ ਫੇਸ ਸੀਗਾ ਜਦੋਂ ਗੁਰਚਰਨ ਸਿੰਘ ਟੋੜ ਆ ਜਾਂਦੇ ਨੇ ਉਸ ਵਕਤ ਬੂਟਾ ਸਿੰਘ ਤੇ ਬਰਨਾਲਾ ਜਿਹੜੇ ਸੀਗੇ ਉਸ ਵਕਤ ਪੰਜਾਬ ਦੇ ਮੁੱਖ ਮੰਤਰੀ ਸਨ ਰਜੀਵ ਲੰਗੋਵਾਲ ਐਕੋਰਡ ਤੋਂ ਬਾਅਦ ਉਹ ਉੱਭਰੇ ਸਨ ਸੋ ਸੁਰਜੀਤ ਸਿੰਘ ਬਰਨਾਲਾ ਤੇ ਬੂਟਾ ਸਿੰਘ ਦਾ ਆਪਸ ਦਾ ਵੀ ਜਿਹੜਾ ਪੇਚਾ ਸੀ ਆਪਸ ਦੇ ਵਿੱਚ ਜਿਹੜੀ ਤਲਕੀ ਸੀ ਉਸ ਦੇ ਤਹਿਤ ਬਾਅਦ ਦੇ ਵਿੱਚ ਬੂਟਾ ਸਿੰਘ ਵੀ ਉਸ ਮੋੜ ਉਸਾਰੇ ਲਈ ਤਿਆਰ ਹੋ ਗਏ ਜੋ ਕਿ ਗੁਰਚਰਨ ਸਿੰਘ ਟੋੜਾ ਵੱਲੋਂ ਕਾਲ ਦੇ ਤਹਿਤ ਉਸਾਰਨ ਨੂੰ ਕਿਹਾ ਗਿਆ ਸੀ ਯਾਨੀ ਕਿ ਉਹੀ ਬੂਟਾ ਸਿੰਘ ਜਿਨ੍ਹਾਂ ਨੇ ਕਿ ਸਰਕਾਰੀ ठेकेदार ਕਰਕੇ ਸਰਕਾਰੀ ਲੇਬਰ ਤੇ ਇਸ਼ਾਰਾ ਕਰਕੇ ਬਾਬਾ ਜਿਹੜਾ ਸੰਤਾ ਸਿੰਘ ਸੀ ਉਸ ਨੂੰ ਅੱਗੇ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਦੀ ਉਸਾਰੀ ਕਰਵਾਈ ਸੀ ਕੁਝ ਹੀ ਸਾਲ ਬਾਅਦ ਆਪਣੇ ਸਿਆਸੀ ਮਫਾਦਿਆਂ ਦੀ ਪੂਰਤੀ ਲਈ ਜਾਂ ਫਿਰ ਸੁਜੀਤ ਸਿੰਘ ਬਰਨਾਲੇ ਨੂੰ ਨੁੱਕਰ ਦੇ ਵਿੱਚ ਲਾਉਣ ਦੇ ਪੱਖੋਂ ਗੁਰਚਰਨ ਸਿੰਘ ਟੋੜਾ ਦੇ ਨਾਲ ਰਲ ਕੇ ਉਹਨਾਂ ਨੇ ਦੁਬਾਰਾ ਉਸ ਉਸਾਰੀ ਲਈ ਉਹ ਤਿਆਰ ਹੋ ਜਾਂਦੇ ਹੈਗੇ ਨੇ ਸੋ ਇਸ ਤਰੀਕੇ ਦਾ ਕਿਰਦਾਰ ਕੁਛ ਸਰਦਾਰ ਬੂਟਾ ਸਿੰਘ ਉਹਨਾਂ ਦਾ ਵੀ ਰਿਹਾ ਸੋ ਇਹ ਸੋਹਣੀਆਂ ਗੱਲਾਂ ਬਾਤਾਂ ਸਨ ਉਮੀਦ ਕਰਾਂਗੇ ਵੀਡੀਓ ਠੀਕ ਲੱਗਾ ਹੋਵੇਗਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਵੇਖਣ ਲਈ ਤੇ ਸਾਡੇ ਹੋਰ ਵੀਡੀਓਜ਼ ਦੇ ਇੰਤਜ਼ਾਰ ਵਿੱਚ ਰਹੋ ਬਹੁਤ ਸੇ ਹੋਰ ਵੀਡੀਓਜ਼ ਵਾਕਫਾਕੀ ਇਸ਼ੂਜ਼ ਦੇ ਉੱਤੇ ਜਾਂ ਮੈਟਰਸ ਦੇ ਉੱਤੇ ਜਾਂ ਇਸ ਤਰੀਕੇ ਦੇ ਇਤਿਹਾਸਿਕ ਜਿਹੜੇ ਐਪੀਸੋਡਸ ਰਹੇ ਨੇ ਉਹਨਾਂ ਦੇ ਉੱਤੇ ਲੈ ਕੇ ਆਉਂਦਾ ਮਨੋਰਥ ਹੈ ਤੇ ਲਿਆਂਦੇ ਰਾਂਗੇ ਬਹੁਤ ਬਹੁਤ ਧੰਨਵਾਦ